ਕੀ ਫਰਕ ਕੀ ਆ ਹੁਣ ਕਿਉਂਕਿ ਤੁਹਾਡਾ ਤਜਰਬਾ ਤਾਂ ਵੱਡਾ ਉਹਨਾਂ ਦੇ ਕਬੂਤਰਬਾਜ਼ੀ ਤੇ ਹੁਣ ਦੀ ਕਬੂਤਰਬਾਜ਼ੀ ਦੇ ਵਿੱਚ ਅਸੀਂ ਬਾਜ਼ੀਆਂ ਜਦੋਂ ਛੱਡਣੀਆਂ ਸ਼ੁਰੂ ਕੀਤੀਆਂ ਨੇ ਉਦੋਂ ਤਕਰੀਬਨ 250 ਜਾਂ 300 ਰੁਪਈਆ ਮੁੱਢ ਸੀਗਾ ਜੀ ਜਦੋਂ ਆਪਾਂ ਕਿਸੇ ਨੂੰ ਇੱਕ ਵਾਰੀ ਉਸਤਾਦ ਬਣਾ ਲਿਆ ਤਾਂ ਉਹ ਦੇਖ ਕੇ ਹੀ ਬਣਾਓ ਵੀ ਆਪਾਂ ਇਹ ਬੰਦੇ ਨੂੰ ਉਸਤਾਦ ਬਣਾਉਣਾ ਵੀ ਇਹਦੇ ਕੋਲੇ ਕੋਈ ਗੁਣ ਹੈਗੇ ਆ ਜਾਂ ਨਹੀਂ ਹੈਗੇ ਉਹ ਟਾਈਮ ਜੀ ਅੱਧੇ ਘੰਟੇ ਦਾ ਲੱਗਿਆ ਸੀ ਉਹਨਾਂ ਦਾ ਉੱਤਰ ਮੁੜਿਆ ਨਹੀਂ ਆਪਣੀ ਇਕੱਲੀ ਰਹਿ ਗਈ ਜੀ ਉੱਥੇ ਫਿਰ ਇਕੱਲੀ ਨੇ ਫਿਰ ਅੱਜ ਜਿੱਤਿਆ ਜੀ 80,000 ਰੁਪਈਆ ਜਿੱਤਿਆ ਜੀ ਨਾਲ ਇੱਕ ਆ ਕਬੂਤਰੀ ਆ ਜੀ ਸਾਡੀ ਚਿੱਟੀਆਂ ਅੱਖਾਂ ਦੀ ਨਸਲ ਵੀ ਬਹੁਤ ਮਸ਼ਹੂਰ ਹੋਈ ਆ ਜੀ ਅੱਛਾ ਜੀ ਇਹ ਉਹਨਾਂ ਚੋਂ ਆ ਇਹ ਚਿੱਟੀਆਂ ਅੱਖਾਂ ਦੇ ਆ ਉਹ ਕਾਲੀਆਂ ਅੱਖਾਂ ਦੇ ਆ ਜੀ ਠੀਕ ਆ ਜੀ ਇਹਨਾਂ ਨਾਲ ਹੀ ਅਸੀਂ ਜਾੜੇ ਬਾਜ਼ੀਆਂ ਜਿੱਤੀਆਂ ਜੀ ਤੇ ਨਸਲ ਆਪਾਂ ਇਹ ਕਹਿ ਸਕਦੇ ਆ ਵੀ ਉਹੀ ਆਉਂਦੀ ਤੁਰੀ ਆਉਂਦੀ ਆ ਆਪਾਂ ਹੋਰ ਕੋਈ ਨਸਲ ਨਹੀਂ ਵਿੱਚ ਐਂਟਰ ਕੀਤੀ ਨਹੀਂ ਜੀ ਹੋਰ ਕੋਈ ਨਸਲ ਨਹੀਂ ਹੈ ਮਤਲਬ ਉਹੀ ਤੁਰੀ ਆਉਂਦੀ ਸੀਗੀ ਉਹਦੇ ਨਾਲ ਹੀ ਆਪਾਂ ਬਾਜ਼ੀਆਂ ਜਿੱਤੀਆਂ ਬਹੁਤ ਵਧੀਆ ਵਧੀਆ ਗੇਮਾਂ ਜਿੱਤੀਆਂ ਜੀ ਠੀਕ ਹੈ ਰਿਕਾਰਡ ਬਣੇ ਆ ਪੂਰੇ